पुरुषोत्तमं परम परावरनाथ युगल चरण मम वंदना तार पार तार कर मात। श्री नानक पग पंकज बंदन सिमरों अंगद दुख निकंदन। अमरदास गोर हृदय त्याबो हृदय त्याबो। श्री गुरु रामदास गुण गावो। श्री अर्जन विघ्नन के नाशक श्री हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह विशाला तरों तरा पर पुन पुन सीसा पुन पुन सीसा। बंदों बार बार जगदीशा जिसमें है अमृत ज्ञान है माणक भगत बैराग। श्री गुरु ग्रंथ साहिब उद्द बंदों करे अनुराग। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। एक पैरा सतनाम श्री वाहिगुरु साहिब जीओ। चौपाई एक पैड़ा पुन दुर्गा आयो श्री अर्जन को शीश निवायो। एक पैड़ा पुन दुर्गा आयो। सच्चे पातशाह गरीब नवाज दीन दुनिया दे मालक चबर छतर तखत दे मालक समर्थ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर वाहिगुरु अकाल पुरख जी दे सरगुण स्वरूप। धन धन सच्चे पातशाह गरीब नवाज धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां हाजरी दबाओ दोवें हाथ जोड़ के प्रेम सहित उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी की महान पवित्र हाजरी विखे सुभाए मन संगत जी आप जी बड़े ही प्यार नाल सतगुरु जी की हाजरी विच जुड़ के बैठे हो गुरु जी के दर्शन कर रहे हो।
ਇਹ ਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ। ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਰਸ਼ਨ ਦੀਦਾਰੇ ਦੇ ਕੇ ਦੁਨੀਆਂ ਨੂੰ ਤਾਰ ਰਹੇ ਹਨ ਜੀ। ਸਾਧ ਰੂਪ ਆਪਣ ਤਨ ਧਾਰਿਓ। ਵਾਹਿਗੁਰੂ ਜੀ ਨੇ ਆਪ ਗੁਰੂ ਅਰਜਨ ਦੇਵ ਜੀ ਦਾ ਸਰੀਰ ਧਾਰਨ ਕੀਤਾ ਹੈ। ਉਸ ਸਰੀਰ ਵਿੱਚ ਵਿਚਰ ਕੇ ਬੇਅੰਤ ਸੰਗਤਾਂ ਨੂੰ ਪ੍ਰਾਣੀ ਮਾਤਰ ਨੂੰ ਤਾਰ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸੁਭਾਏਮਾਨ ਹਨ। ਭਾਈ ਪੁਰੀਆ ਜੀ ਅਤੇ ਭਾਈ ਚੂੜ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਬਹੁਤ ਚਿਰ ਦਾ ਜਸ ਸੁਣਦੇ ਸਨ, ਸਮਾਂ ਨਹੀਂ ਸੀ ਬਣਦਾ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਉਣ ਦਾ ਜੀ। ਚੇਤਾ ਰੱਖਿਓ, ਜਦੋਂ ਬੰਦੇ ਦੇ ਭਾਗ ਜਾਗਦੇ ਹੈ ਮਨੁੱਖ ਫਿਰ ਗੁਰੂ ਜੀ ਦੀ ਹਾਜ਼ਰੀ ਵਿੱਚ ਆਉਂਦਾ ਹੈ। ਨਹੀਂ ਤਾਂ ਕਈ ਵਾਰੀ ਬੰਦਾ ਸਕੀਮਾਂ ਬਣਾਉਂਦਾ ਰਹਿੰਦਾ ਹੈ, ਸੋਚਾਂ ਸੋਚਦਾ ਰਹਿੰਦਾ ਹੈ, ਸਮਾਂ ਹੀ ਨਹੀਂ ਬਣਦਾ ਜੀ। ਗੁਰੂ ਸਾਹਿਬ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ, ਦੋਵੇਂ ਆਏ, ਦੋਵੇਂ ਚੌਧਰੀ ਸਨ, ਮਹਾਰਾਜ ਜੀ ਦੇ ਕੋਲ ਬੈਠੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਅਸੀਂ ਚੌਧਰੀ ਹਾਂ, ਚੌਧਰੀ ਹੋਣ ਦੇ ਕਰਕੇ ਸਾਨੂੰ ਝੂਠ ਬੜਾ ਬੋਲਣਾ ਪੈਂਦਾ। ਸੱਚੇ ਪਾਤਸ਼ਾਹ, ਮਹਾਰਾਜ ਸਾਡਾ ਕੰਮ ਕਿਵੇਂ ਚੱਲੇਗਾ, ਭਾਵ ਅਸੀਂ ਪਰਲੋਕ ਵਿੱਚ ਸੁੱਖ ਪਾਵਾਂਗੇ ਜਾਂ ਨਹੀਂ ਪਾਵਾਂਗੇ, ਆ ਵੇਖ ਕੇ ਆਓ ਉੱਤੇ ਕੌਣ ਹੈ, ਸਾਡਾ ਕੀ ਬਣੇਗਾ। ਗੁਰੂ ਸਾਹਿਬ ਮਹਾਰਾਜ ਨੇ ਫਿਰ ਇਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਜੀ। ਉਹ ਤੁਸੀਂ ਸੁਣਿਆ, ਮਹਾਰਾਜ ਕਹਿਣ ਲੱਗੇ, ਭਾਈ ਝੂਠ ਬੋਲਣਾ ਛੱਡ ਦਿਓ, ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਸੰਗਤ ਜੀ ਇਰਾਦਾ ਬਣਾਓ, ਜਿਹਨੂੰ ਝੂਠ ਬੋਲਣ ਦੀ ਆਦਤ ਹੈਗੀ ਹੈ ਨਾ, ਉਹ ਬੰਦਾ ਇਰਾਦਾ ਬਣਾ ਕੇ ਵੇਖ ਲਵੇ ਵੀ ਮੈਂ ਅੱਜ ਝੂਠ ਨਹੀਂ ਬੋਲਣਾ, ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਝੂਠ ਬੋਲਿਆ ਜਾਂਦਾ ਬੰਦੇ ਕੋਲੋਂ ਜੀ। ਮੈਨੂੰ ਇੱਕ ਪ੍ਰੇਮੀ ਕਹਿਣ ਲੱਗਾ, ਕਹਿੰਦਾ ਗਿਆਨੀ ਜੀ, ਮੈਂ ਕਥਾ ਸੁਣ ਕੇ ਫੁਰਨਾ ਬਣਾਇਆ ਸੀ ਵੀ ਝੂਠ ਨਹੀਂ ਬੋਲਣਾ, ਹਾਂ ਪੂਰਾ ਮੇਰਾ ਫੁਰਨਾ ਸੀਗਾ, ਮੈਂ ਯਤਨ ਵੀ ਕੀਤਾ, ਫਿਰ ਵੀ ਜਦੋਂ ਝੂਠ ਬੋਲਿਆ ਗਿਆ ਮੈਨੂੰ ਪਤਾ ਨਹੀਂ ਲੱਗਾ, ਕੁਝ ਸਮਾਂ ਬਾਅਦ ਪਤਾ ਲੱਗਾ ਵੀ ਮੈਂ ਤਾਂ ਝੂਠ ਬੋਲ ਕੇ ਆਇਆ। ਬੰਦੇ ਨੂੰ ਪਤਾ ਨਹੀਂ ਲੱਗਦਾ ਜੀ। ਮਹਾਰਾਜ ਨੇ ਸਮੱਤ ਦਿੱਤੀ ਜੀ ਉਹਨਾਂ ਨੂੰ। ਮਹਾਰਾਜ ਕਹਿਣ ਲੱਗੇ, ਜਿੰਨੇ ਝੂਠ ਬੋਲਦੇ ਉਹ ਵੀ ਲਿਖ ਕੇ ਲੈ ਕੇ ਆਓ, ਜਿੰਨੇ ਪੁੰਨ ਕਰਦੇ ਉਹ ਵੀ ਲਿਖ ਕੇ ਲੈ ਕੇ ਆਓ, ਆ ਕੇ ਸਾਡੀ ਹਜ਼ੂਰੀ ਵਿੱਚ ਸੁਣਾਉਣੇ ਹੈ। ਮੱਸਿਆ ਦੀ ਮੱਸਿਆ ਆ ਕੇ ਦੋਵੇਂ ਸੁਣਾਉਣ ਲੱਗੇ। ਪਹਿਲੇ ਦਿਨ ਝੂਠ ਬਹੁਤ ਜ਼ਿਆਦਾ ਸਨ, ਪਹਿਲੇ ਮਹੀਨੇ, ਦੂਜੇ ਮਹੀਨੇ ਘੱਟ ਗਏ, ਤੀਜੇ ਮਹੀਨੇ ਹੋਰ ਘੱਟ ਗਏ, ਛੇਵੇਂ ਮਹੀਨੇ ਬਿਲਕੁਲ ਹੀ ਮੁੱਕ ਗਏ ਜੀ। ਫਿਰ ਮਹਾਰਾਜ ਨੇ ਦੋਵਾਂ ਨੂੰ ਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ। ਨਾਮ ਦੀ ਦਾਤ ਲੈਣੀ ਜਿਹੜੀ ਹੈ ਨਾ, ਇਹਦੇ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਸੰਗਤ ਜੀ ਭਾਂਡਾ ਤਿਆਰ ਕਰਨਾ ਪੈਂਦਾ ਹੈ, ਭਾਂਡਾ ਤਾਂ ਤਿਆਰ ਨਹੀਂ ਹੁੰਦਾ, ਬੰਦਾ ਕਹਿੰਦਾ ਨਾ ਵਸਤੂ ਮੇਰੇ ਵਿੱਚ ਪਾ ਦਿਓ, ਨਾਮ ਰੂਪੀ ਵਸਤੂ, ਗੱਲ ਨਹੀਂ ਬਣਦੀ ਜੀ। ਕਈ ਸਾਲ ਬੰਦਾ ਸੇਵਾ ਕਰੇ, ਘਾਲਣਾ ਘਾਲੇ, ਫਿਰ ਜਾ ਕੇ ਗੁਰੂ ਜੀ ਨਾਮ ਦੀਆਂ ਦਾਤਾਂ ਬਖਸ਼ਿਸ਼ਾਂ ਦਿੰਦੇ ਨੇ ਜੀ। ਮਹਾਰਾਜ ਨੇ ਇਹਨਾਂ ਨੂੰ ਨਾਮ ਦੀ ਦਾਤ ਦਿੱਤੀ, ਦੋਵੇਂ ਚੌਧਰੀ ਭਲੇ ਬਣ ਗਏ ਜੀ। ਇਲਾਕੇ ਵਿੱਚ ਇਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ। ਲੋਕ ਕਹਿਣ ਲੱਗੇ, ਚੌਧਰੀਆਂ ਵਰਗਾ ਤਾਂ ਚੰਗਾ ਬੰਦਾ ਹੀ ਹੋਰ ਕੋਈ ਨਹੀਂ ਹੈਗਾ ਜੀ। ਖੂਬ ਇਹਨਾਂ ਚੌਧਰੀਆਂ ਦਾ ਸਤਿਕਾਰ ਹੋਇਆ ਕਰੇ, ਸੰਗਤਾਂ ਬੜੀਆਂ ਖੁਸ਼ ਅਤੇ ਪ੍ਰਸੰਨ ਹੋਈਆਂ। ਅਤੇ ਸੰਗਤ ਜੀ, ਤੁਸੀਂ ਸੁਣਿਆ, ਦੋਵੇਂ ਫਿਰ ਅੰਤਮ ਸਮੇਂ ਸ਼ੁਭ ਗਤੀ ਨੂੰ ਪ੍ਰਾਪਤ ਹੋਏ ਜੀ, ਸ਼ੁਭ ਗਤੀ ਨੂੰ ਪ੍ਰਾਪਤ ਹੋਏ। ਹੁਣ ਆਪਾਂ ਅੱਗੋਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ, ਗੁਰੂ ਜੀ ਦੀ ਵਡਿਆਈ ਸਰਵਣ ਕਰਨੀ ਹੈ ਆਪਣੇ ਭਲੇ ਵਾਸਤੇ। ਪਿਆਰ ਨਾਲ ਗੱਜ ਕੇ ਆਖੋ ਸਾਰੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੱਕ ਪੈੜਾ ਪੁੰਨ ਦੁਰਗਾ ਆਇਓ। ਜਿਵੇਂ ਭਾਈ ਪੁਰੀਆ ਜੀ ਤੇ ਚੂੜ ਜੀ ਆਏ ਸਨ ਨਾ ਮਹਾਰਾਜ ਕੋ, ਉਵੇਂ ਹੀ ਇੱਕ ਸਿੱਖ ਦਾ ਨਾਮ ਹੈ ਭਾਈ ਪੈੜਾ ਜੀ ਤੇ ਦੂਸਰੇ ਸਿੱਖ ਦਾ ਨਾਮ ਹੈ ਭਾਈ ਦੁਰਗਾ ਜੀ। ਹਾਂਜੀ,
ਸ਼੍ਰੀ ਅਰਜਨ ਕੋ ਸੀਸ ਨਿਵਾਇਓ। ਗੁਰੂ ਸਾਹਿਬ ਜੀ ਦਾ ਜਸ ਸੁਣ ਕੇ, ਵਡਿਆਈ ਸੁਣ ਕੇ ਇਹ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ ਜੀ। ਆ ਕੇ ਮਹਾਰਾਜ ਜੀ ਨੂੰ ਸਿਰ ਨਿਵਾਇਆ ਇਹਨਾਂ ਨੇ, ਆਪਾਂ ਵੀ ਨਿਵਾਈਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਬੈਠੇ ਸਨਮੁਖ ਅਰਜ਼ ਗੁਜ਼ਾਰੀ। ਇਹ ਫਿਰ ਦੋਵੇਂ ਮਹਾਰਾਜ ਦੇ ਸਾਹਮਣੇ ਬੈਠ ਗਏ ਜੀ। ਬੈਠ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਕਰਹੋ ਪ੍ਰਭੂ ਕਲਿਆਣ ਹਮਾਰੀ। ਹੇ ਕਿਰਪਾ ਨਿਧਾਨ ਖੁਦ ਪਰਮੇਸ਼ਰ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਸਾਡੀ ਵੀ ਕਲਿਆਣ ਕਰ ਦਿਓ, ਸਾਡਾ ਵੀ ਭਲਾ ਕਰ ਦਿਓ ਸੱਚੇ ਪਾਤਸ਼ਾਹ। ਬੜੀ ਨਿਮਰਤਾ ਨਾਲ ਬੇਨਤੀ ਕੀਤੀ। ਸਿੱਖ ਹਜ਼ਾਰੋਂ ਸੇਵ ਕਮਾਈ। ਗਰੀਬ ਨਵਾਜ, ਅਸੀਂ ਸੁਣਿਆ ਹਜ਼ਾਰਾਂ ਸਿੱਖਾਂ ਨੇ ਸੇਵਾ ਕੀਤੀ ਤੁਹਾਡੀ ਹਜ਼ੂਰੀ 'ਚ। ਜਦੋਂ ਮਹਾਰਾਜ ਦਰਬਾਰ ਸਾਹਿਬ ਬਣਵਾਇਆ, ਸਰੋਵਰ ਦੀ ਖੁਦਵਾਈ ਕਰਾਈ, ਕਿੰਨੇ ਕੁ ਸਿੱਖ ਸੇਵਾ ਵਿੱਚ ਆਏ, ਗਿਣਤੀ ਕੋਈ ਨਹੀਂ ਜੀ। ਹਾਂਜੀ, ਹਮਨੇ ਸੁਣੀ ਪਰਮ ਗਤ ਪਾਈ। ਅਸੀਂ ਸੁਣਿਆ ਜਿਹਨੇ ਜਿਹਨੇ ਤੁਹਾਡੀ ਸੇਵਾ ਕੀਤੀ ਉਹਨੇ ਪਰਮ ਅਵਸਥਾ ਪ੍ਰਾਪਤ ਕੀਤੀ ਹੈ, ਉਹਦੀ ਪਰਮ ਗਤੀ ਹੋਈ ਹੈ ਸੱਚੇ ਪਾਤਸ਼ਾਹ। ਜਿਸ ਵਿਧ ਹਮਰੇ ਕਟੈ ਕਲੇਸ਼। ਤੇ ਮਹਾਰਾਜ ਜਿਸ ਵਿਧੀ ਨਾਲ ਸਾਡੀ ਜ਼ਿੰਦਗੀ ਦੇ ਵੀ ਕਲੇਸ਼ ਕੱਟੇ ਜਾਣ, ਕਲੇਸ਼ ਸਾਹ ਨਹੀਂ ਚ ਲੈਣ ਦਿੰਦੇ ਜੀ। ਮੈਂ ਵੇਖਿਆ ਕਲੇਸ਼ ਬੰਦੇ ਨੂੰ ਬੰਦਗੀ ਵੀ ਨਹੀਂ ਕਰਨ ਦਿੰਦੇ ਜੀ। ਕਲੇਸ਼ ਦਾ ਅਰਥ ਬੰਧਨ ਵੀ ਹੈਗਾ ਜੀ। ਹਾਂਜੀ, ਜ਼ਰੂਰੀ ਨਹੀਂ ਲੜਾਈ ਹੋ ਰਹੀ ਹੋਵੇ ਤਾਂ ਉਹ ਕਲੇਸ਼ ਹੁੰਦਾ ਹੈ, ਕਲੇਸ਼ ਦਾ ਅਰਥ ਬੰਧਨ ਵੀ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਸਾਡੇ ਕਲੇਸ਼ ਕਿਵੇਂ ਦੂਰ ਹੋਣ। ਹਾਂਜੀ, ਸ਼੍ਰੀ ਮੁਖ ਤੇ ਕੀਜੈ ਉਪਦੇਸ਼। ਐਸਾ ਉਪਦੇਸ਼ ਮਹਾਰਾਜ ਸਾਨੂੰ ਬਖਸ਼ੋ, ਸਾਡੇ ਅੰਦਰੋਂ ਮਹਾਰਾਜ ਕਲੇਸ਼ ਦੂਰ ਹੋਣ। ਬੰਧਨ ਪਏ ਆ ਹਰ ਬੰਦੇ ਨੂੰ, ਚੇਤਾ ਰੱਖਿਓ ਵਿਰਲੇ ਭਾਗਾਂ ਵਾਲੇ ਬੰਦੇ ਹੁੰਦੇ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਜੀ, ਨਹੀਂ ਤਾਂ ਕਲੇਸ਼ ਵਿੱਚ ਬੰਦਾ ਤੁਰਿਆ ਫਿਰਦਾ, ਬੰਧਨ ਪਏ ਹੁੰਦੇ ਮਹਿਸੂਸ ਹੀ ਨਹੀਂ ਕਰਦਾ ਬੰਦਾ ਜੀ। ਹਾਂਜੀ, ਔਰ ਸ਼ਰਧਾ ਤਿਨਕੇ ਦਿੜ ਜਾਨੀ। ਮਹਾਰਾਜ ਨੇ ਵੇਖ ਲਿਆ ਜੀ, ਇਹ ਉੱਤੋਂ ਉੱਤੋਂ ਨਹੀਂ ਕਹਿ ਰਹੇ, ਅੰਦਰੋਂ ਕਹਿ ਰਹੇ ਹੈ। ਇਹ ਵੀ ਬੜਾ ਫਰਕ ਹੁੰਦਾ ਹੈ, ਮੇਰੇ ਵਰਗਾ ਉੱਤੋਂ ਉੱਤੋਂ ਬੇਨਤੀ ਕਰ ਲਏਗਾ ਜੀ। ਗੁਰੂ ਜੀ ਨੇ ਦੇਖਿਆ ਇਹ ਮਨੋਂ ਕਹਿ ਰਹੇ ਨੇ, ਸੱਚੇ ਪਾਤਸ਼ਾਹ ਨੂੰ ਬੇਨਤੀ ਮਨੋਂ ਕੀਤੀ ਇਹਨਾਂ ਨੇ। ਹਾਂਜੀ, ਸਤਿਗੁਰ ਗਤ ਦਾ ਗਿਰਾ ਬਖਾਨੀ। ਆਖੋ ਵਾਹਿਗੁਰੂ ਵਾਹਿਗੁਰੂ। ਅਤੇ ਫਿਰ ਗੁਰੂ ਸਾਹਿਬ ਨੇ ਬਚਨ ਕੀਤੇ ਜੀ, ਉਹ ਬਚਨ ਕੀਤੇ ਜਿਨ੍ਹਾਂ ਬਚਨਾਂ ਵਿੱਚ ਇਹਨਾਂ ਦਾ ਕਲਿਆਣ ਹੈਗਾ ਹੈ ਜੀ। ਅਤੇ ਇਕੱਲਾ ਭਾਈ ਪੈੜਾ ਅਤੇ ਭਾਈ ਦੁਰਗੇ ਦਾ ਹੀ ਨਹੀਂ ਹੈਗਾ ਜੀ, ਸੰਗਤ ਜੀ ਇਹਨਾਂ ਬਚਨਾਂ ਵਿੱਚ ਸਾਡਾ ਵੀ ਕਲਿਆਣ ਹੈਗਾ ਹੈ ਜੀ। ਹਾਂਜੀ, ਪੂਰਬ ਜਨਮਦਾਨ ਜਿਨ ਕੀਨੇ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਪੂਰਬ ਜਨਮ ਦੀ ਗੱਲ ਮਹਾਰਾਜ ਨੇ ਕੀਤੀ, ਪਿਛਲੇ ਜਨਮਾਂ ਦੀ। ਆਪਾਂ ਜਿੰਨੇ ਬੈਠੇ ਹਾਂ ਨਾ ਜੀ, ਕੋਈ ਨਹੀਂ ਕਹਿ ਸਕਦਾ ਵੀ ਮੇਰਾ ਪਿਛਲਾ ਜਨਮ ਨਹੀਂ ਸੀ ਹੈਗਾ ਜੀ। ਹੈਗਾ ਸਾਡਾ ਸਾਰਿਆਂ ਦਾ ਜੀ। ਪਿਛਲੇ ਜਨਮਾਂ ਦੇ ਵਿੱਚ ਜਿਨ੍ਹਾਂ ਨੇ ਦਾਨ ਕੀਤਾ ਹੁੰਦਾ ਜੀ, ਦਾਨ ਪੁੰਨ ਕੀਤਾ ਹੁੰਦਾ ਜੀ। ਹਾਂਜੀ, ਤਨ ਧਰ ਤਿਨਹੋਂ ਪਦਾਰਥ ਲੀਨੇ। ਮਹਾਰਾਜ ਕਹਿੰਦੇ ਇਸ ਜਨਮ ਵਿੱਚ ਉਹ ਮਨੁੱਖ ਫਿਰ ਪਦਾਰਥ ਭੋਗਦੇ ਹੈ, ਜਿੰਨਾ ਕੁ ਦਾਨ ਬੰਦੇ ਨੇ ਪਿਛਲੇ ਜਨਮਾਂ 'ਚ ਕੀਤਾ ਹੁੰਦਾ ਉਹਨਾਂ ਕੁ ਦਾਨ ਜਿਹੜਾ ਉਹ ਇਸ ਜਨਮ ਵਿੱਚ ਬੰਦਾ ਭੋਗਦਾ ਹੈ ਜੀ। ਹਾਂਜੀ, ਦੇਹੇ ਅਰੋਗ ਸੁਸ਼ੀਲਾ ਨਾਰੀ। ਸੁਣਿਓ ਹੁਣ ਧਿਆਨ ਨਾਲ ਜੀ, ਸਰੀਰ ਅਰੋਗ ਹੋਵੇ ਜੀ, ਚੰਗੇ ਪਰਿਵਾਰ 'ਚ ਜਨਮ ਮਿਲ ਜੇ, ਸਮਝੋ ਵੀ ਪਿਛਲੇ ਜਨਮ 'ਚ ਧਰਮ ਕਮਾਇਆ ਹੈ ਜੀ। ਕਈ ਬੱਚੇ ਜੰਮਦੇ ਹੀ ਭਿਖਾਰੀ ਨੇ ਜੀ, ਭਿਖਾਰੀ ਘਰ ਜਨਮ ਹੋ ਗਿਆ, ਜੰਮਦਿਆਂ ਸਾਰੀ ਭਿਖਾਰੀ ਜੀ। ਹਾਂਜੀ, ਅਤੇ ਜਿਸ ਬੱਚੇ ਦਾ ਰਾਜੇ ਦੇ ਘਰ ਜਨਮ ਹੋ ਗਿਆ, ਜੰਮਦਿਆਂ ਸਾਰੀ ਰਾਜਕੁਮਾਰ ਹੈ ਜੀ, ਕੋਈ ਨਾ ਕੋਈ ਤਾਂ ਪਿਛਲਾ ਹੈਗਾ ਨਾ ਜੀ।
पिछला हैगा ताइयों ये खेड बनती है। महाराज कहन लगे पिछले जन्मां दे कीते दान दे अनुसार शरीर मिलदा, अरोग शरीर मिलदा। चेता रखियो कई जन्म तो अन्ने पैदा होंदे है जी, जन्म तो गूंगे पैदा होंदे है, जन्म तो बोले पैदा होंदे है, ते अजे जन्म ही होया सा नहीं चलता जी। मैं वेख के हैरान हो गया, छोटा जा बच्चा बिलकन दिया सीगा ते मैं पूछया भी क्यों, कहते जी ये अंदर जिहड़ा साह वाला छेक है ना वह छोटा हैगा, कहन लगे तां बिलक रहा है। महाराज कहन लगे अरोग शरीर मिलना यह भी पिछले जन्मां दे कर्मां दे हिसाब नाल है। फिर घरवाली चंगी मिल जानी, महाराज कहन लगे ये भी रब की बड़ी वड्डी मेहर ही है। आखो वाहेगुरु वाहेगुरु। हाँ जी, नहीं तो नित की लड़ाई जी, नित की लड़ाई। हाँ जी, पुत्र उपन्न है आए सकारी। महाराज कहन लगे जे सिखो पिछले जन्मां च दान किया होवे ना शरीर चंगा मिलदा, घरवाली चंगी मिलदी, ते होर वड्डी गल आग्ञाकारी धी पुत मिल जाते जी, आग्ञाकारी धी पुत होंगे। हाँ जी, पास महखी तेनू समदाए। फिर किस चीज़ की कमी ना होनी जी, उस जमे जमाने बेच पशु मझां गऊं ये मेन होंगे सके जी। महाराज कहन लगी ये घर च होना यह भी रब की मेहर ही हैगी है। वेखो ना जी, चंगी गड्डी, चंगा कारोबार, चंगा घर, ये सारा कुछ होना ये रब दी मेहर ही हैगी है। हाँ जी, दरब अन्न सब सुख जुत पाए। गज के आखो वाहे गुरु। फिर महाराज कहन लगे धन होना कोल, जेब दे विच धन होना, ते इन्हां दे नाल नाल सुख मिलना, ये पिछले जन्मां दे कीते चंगे कर्मां दी निशानी हुंदी है। सार किताब दी ग्रंथ च लिखिया कहिंदे आ धर्म जिन्हें पिछले जन्मां च कमाया दस उहदे चिन्ह होण पता लग जांदा भी इन्हें धर्म कमाया जी। शुभ कुल जन्म सरूप तन भोग भूप आपत पंडित देह अरोग पुन धर्म जान फल सत। गज के आखो वाहे। चंगी कुल च जन्म लेना, कुल केड़ी चंगी है, कबीर सोई कुल भली जा कुल हर को दास। चंगी कुल च जन्म होना, पदार्थ कोल होने, शरीर चंगा होना, धन होना, विद्वता होनी, सुंदरता ही होनी, जिस बंदे कोले है वह समझे भी पिछले जन्मा च धर्म कमाया है। हाँ जी, फल पूर्वले पुन्नन केरा, ये सारा पिछले जन्मा दे कीते पुन्ना दा फल है। गज के आखो वाहे गुरु। हाँ जी, जन्म तार भोगै इस बेरा, मनुख नू जो मिल रहा है पिछले जन्मां दे कीते पुन्ना नू हुण भोग रहा है जी। हाँ जी, जो नर गुरमुख पाए पदार्थ, जन्म सहत निज करें सकारथ। पर हुण अगली गल सुन लो, महाराज कहिंदे भाई दुर्गा ते पैड़ा मिलदा ते सब नू ही है, किसे नू थोड़ा मिल जांदा है, किसे नू बहुता मिल जांदा जी पिछले जन्मां दे पुन्ना करके। पर जेड़े गुरमुख है ना वो अपना सब कुछ सफला कर लेंदे, कहन लगे अपना मनुखा जन्म भी सफला कर लेंदे, मनुखा शरीर भी सफला कर लेंदे, ते जो जो उन्हां नू पदार्थ मिलदे मर कहिंदे वो भी सफला कर लेंदे जी। किवें? हाँ जी, जहें सत संगत को होए मेल। हाँ,
कथा कीर्तन को रस झेल। महाराज कह लगे ओ किवें सफला कर दी वो सुनियो, जिथे सतसंगत हो रही होवे, कथा हो रही होवे, कीर्तन हो रहा होवे, सिमरन हो रहा होवे, गुरसिख रब दे प्रेमी बैठे होण। हाँ जी, तिन कहो भोजन चार प्रकारा, स्वाद स्निग्ध मधुर रसवारा। महाराज कहते फिर गुरमुख उस संगत की सेवा करते हैं। रब ने माया दिती, माया सफली कर ली थी। उन्हें संगत नू चार पदार्थ चार तरह का भोजन छकाउंदे है, स्वाद स्निग्ध मधुर रसवारा, स्वादी मिठे थिंदे रसां वाले, भाव कई तरह के मन नू खुश करन वाले भोजन जेड़े वो छकाउंदे है। ठीक है, सादगी वास्ते दाल प्रशादा चाहिदा है, पर मैं बेनती करां ये नहीं गुरु साहब का आगमन गुरपुरब होवे ते दाल अगे रख दिओ ते सुखा प्रशादा दे दिओ। उत्थे फिर तरह तरह के महाराज कहिंदे सेवा करे सिख जाके, तुहाडे कोल भी माया है, पैड़ा दुर्गा दित्ती होई माया नू सफली करो, संगत नू प्रशादा छकाया करो। कहण लगे हाँ जी, पंगत मह कर सो बरताए, पंगत विच बिठा के अपने हथां नाल वरताउणा है जी। हुण काम चल पिया ना, वो स्टैंडिंग वाला आपे पाई जाओ ते खाई जाओ निरी झूठ। महाराज कहन लगे पंगत च बिठा के हथां नाल छकाउणा है। हाँ जी, मुदत होए सादर अचवाए, बहुत खुश होवे संगत नू भोजन छका के, समझो ऐसा पुरश रब दे दित्ते हुए पदार्थां नू सफलियां कर रहा है। संगत जी चेता रखियो, माया बैंकां च पई रह जांदी ते वरतण वाला नहीं कोई रहिंदा जी, ते जे मिली है ते बंदा सेवा ते लावे जी उहनूं। हाँ जी, मृदुल गिरा कह बारंबारा, महाराज कहण लगे छकाउण दा भी तरीका होवे, मिठे बोल बोले, बार बार कवे जी छक लो, गज के आखो छक लो, थोड़ा जिहा छक लो। महाराज कहण लगे छकाउण दा भी तरीका होवे। हाँ, त्रिपतावो हो दे भले आहारा, ते तुहानूं परमेश्वर ने माया दित्ती है, जिथे संगत हो रही होवे उथे जा के संगत नू भोजन छकाया करो, लंगर छकाया करो, हथीं छकाया करो, बड़ा भला होएगा। कहण लगे कर अर चरण पखार बिठावे, महाराज कहण लगे हथीं सेवा करनी संगत दी, हथीं हाथ भी धवाउणे है चरण भी धवाउणे। उन्हां समयां च मिट्टी घट्टा बहुत सीगा जी। काम स्वेद ते वायु चुलावै, लोड़ पैण ते धुप समय मुड़के समय अपने हत्थां नाल पखा भी झल्लिया करो। कहण लगे जिथे संगत कीर्तन सुन रही होवे, जिथे संगत कथा सुन रही होवे। हाँ जी, जब लौ धन चल आए वधेरे, नित त्रिपतावै संत कनेरे। महाराज कहन लगे जिन्ना चिर तक ते धन है कोल, कोशिश करो किसे रब दे प्यारे संत नू, किसे गुरसिख नू, ते जे बहुता धन है ते गुरु दियां संगतां नू रज रज के प्रशादा छकाया करो। आखो वाहे गुरु, बड़ी वड्डी सेवा है जी। बहुत गुरसिख महापुरख ऐसे हुए जिन्होंने लंगर की सेवा कर कर ही बख्शिशा लईया जी। हाँ जी, पाशल बचियो आहार सो खावे, महाराज कहन लगे आप इस तरह छकावे ते जेड़ा फिर पिछों संगत दा बच जावे, थोड़ा बच जे, किनका बच जे, जे वो छके ना प्रेम नाल। हाँ जी, महापुनीत पुनीत बनावै, समझो ओ प्रसाद महापवित्र है। महाराज कहण लगे
ਉਹ ਪ੍ਰਸ਼ਾਦ ਮਹਾਂ ਪਵਿੱਤਰ ਹੈ। ਇਹ ਨਹੀਂ ਵੀ ਸੰਗਤ ਲਈ ਬਣਾਇਆ, ਪਹਿਲਾਂ ਆਪ ਹੀ ਰੱਜ ਲਵੇ ਜੀ, ਸੰਗਤ ਨੂੰ ਮਿਲੇ ਹੀ ਨਾ। ਸੰਗਤ ਨੂੰ ਛਕਾਵੇ ਪ੍ਰੇਮ ਨਾਲ, ਜਿਹੜਾ ਬਚ ਗਿਆ ਉਹ ਫਿਰ ਆਪ ਛਕੇ, ਉਹ ਪ੍ਰਸ਼ਾਦ ਮਹਾਂ ਪਵਿੱਤਰ ਹੈਗਾ ਕਹਿਣ ਲੱਗੇ। ਘਨ ਪਾਤਕ ਕੋ ਘਾਤਕ ਹੋਏ, ਤੇ ਭਾਈ ਸਾਹਿਬ ਕਹਿ ਰਹੇ ਮਹਾਰਾਜ ਇਹਦੇ ਨਾਲ ਕੀ ਹੋਏਗਾ, ਗੱਦ ਕੇ ਆਖੋ। ਵਾਹਿਗੁਰੂ। ਤੇ ਸਤਿਗੁਰੂ ਕਹਿਣ ਲੱਗੇ ਇਸ ਕਾਰਜ ਦੇ ਨਾਲ ਪਾਪ ਦੂਰ ਹੋਣਗੇ ਕਹਿਣ ਲੱਗੇ, ਪਾਪ ਦੂਰ ਹੋਣਗੇ ਕਹਿਣ ਲੱਗੇ। ਇੱਥੋਂ ਤੱਕ ਕਈ ਪਾਪਾਂ ਦਾ ਸਮੂਹ ਹੈ ਨਾ ਜਿਹੜਾ ਜ਼ਿੰਦਗੀ 'ਚੋਂ ਝੜ ਜਾਏਗਾ ਕਹਿਣ ਲੱਗੇ। ਸੰਗਤ ਨੂੰ ਪ੍ਰਸ਼ਾਦਾ ਲੰਗਰ ਛਕਾਉਣ ਦਾ ਬਹੁਤ ਵੱਡਾ ਫਲ ਹੈ। ਹਾਂਜੀ। ਪੁੰਨ ਵਿਸਾਲ ਵਧਾਵੈ ਸੋਏ, ਇਹਦੇ ਨਾਲ ਕੀ ਹੋਏਗਾ, ਇਹਦੇ ਨਾਲ ਪੁੰਨ ਵਧਣਗੇ, ਪੁੰਨਾਂ ਵਿੱਚ ਵਾਧਾ ਹੋਏਗਾ, ਬੜੇ ਪੁੰਨ ਵਧਣਗੇ ਮਹਾਰਾਜ ਕਹਿਣ ਲੱਗੇ ਤੁਹਾਡੇ। ਅਤੇ ਸੰਗਤ ਜੀ ਹੁਣ ਸੁਣੋ, ਬੰਦਾ ਆਪ ਨਹੀਂ ਚਲੋ ਛਕਾ ਸਕਦਾ ਸੰਗਤ ਨੂੰ, ਜਿੱਥੇ ਸੰਗਤ ਨੇ ਦਾ ਲੰਗਰ ਲੱਗਣਾ ਹੋਵੇ ਉੱਥੇ ਗੁਰੂ ਘਰ ਮਾਇਆ ਦੇ ਕੇ ਹਿੱਸਾ ਪਾ ਲਵੇ, ਆਟਾ ਦੇ ਕੇ ਹਿੱਸਾ ਪਾ ਲਵੇ। ਉਹ ਜਿਹੜਾ ਕਿਸੇ ਦੇ ਮੁੱਖ 'ਚ ਜਾਏਗਾ ਨਾ, ਉਹਦਾ ਤੁਹਾਨੂੰ ਲਾਭ ਹੀ ਲਾਭ ਹੈ, ਫਾਇਦਾ ਹੀ ਫਾਇਦਾ ਹੈ। ਹਾਂਜੀ। ਇਸ ਵਿਧ ਜੇ ਨਿਤ ਨਹਿ ਬਨ ਆਵੈ, ਮਹਾਰਾਜ ਕਹਿਣ ਲੱਗੇ ਅਬਲ ਤੇ ਰੋਜ਼ ਹੀ ਕਿਸੇ ਨਾ ਕਿਸੇ ਨੂੰ ਪ੍ਰਸ਼ਾਦਾ ਛਕਾਓ, ਗੱਜ ਕੇ ਆਖੋ। ਵਾਹਿਗੁਰੂ। ਅਬਲ ਤੇ ਰੋਜ਼ ਹੀ ਕਿਸੇ ਨਾ ਕਿਸੇ ਨੂੰ ਪ੍ਰਸ਼ਾਦਾ ਛਕਾਓ, ਜੇ ਰੋਜ਼ ਨਹੀਂ ਵੀ ਛਕਾਇਆ ਜਾਂਦਾ। ਹਾਂਜੀ। ਤਾਉ ਦਿਨ ਪੁਰਬ ਮਾਸ ਮੈਂ ਪਾਵੈ, ਮਹਾਰਾਜ ਕਹਿਣ ਲੱਗੇ ਸੰਗਰਾਂਦ ਪੁੰਨੇ ਵਾਲੇ ਦਿਨ ਹੀ ਛਕਾ ਲਓ, ਸੰਗਰਾਂਦ 'ਤੇ ਹੀ ਉੱਦਮ ਕਰ ਲਓ। ਹੁਣ ਬੱਚਿਆਂ ਨੂੰ ਸਿਖਾਉਣ ਦੀ ਬੜੀ ਲੋੜ 'ਚ ਸਾਡੀਆਂ ਸਤਿਕਾਰਯੋਗ ਮਾਤਾਵਾਂ ਬੈਠੀਆਂ ਨੇ, ਹੋਰ ਨਹੀਂ ਤੇ ਸੰਗਰਾਂਦ 'ਤੇ ਇੱਕ ਗਲਾਸ ਹੀ ਆਟੇ ਦਾ ਭਰ ਕੇ ਲੈ ਕੇ ਆਉਣ, ਲੈ ਕੇ ਜ਼ਰੂਰ ਆਉਂਦੀਆਂ ਨੇ ਜੀ। ਪਰ ਜੇ ਇਹ ਧੀਆਂ ਨੂੰ ਪੁੱਤਾਂ ਨੂੰ ਦੱਸਣਗੀਆਂ ਤੇ ਧੀ ਪੁੱਤ ਇੰਜ ਕਰੇਗਾ, ਨਹੀਂ ਤੇ ਨਹੀਂ ਜੀ। ਮਹਾਰਾਜ ਕਹਿਣ ਲੱਗੇ ਸੰਗਰਾਂਦ ਮੱਸਿਆ ਪੁੰਨਿਆਂ 'ਤੇ ਹੀ ਲੈ ਆਓ, ਕੋਈ ਦਿਨ ਵਾਰ 'ਤੇ ਛਕਾ ਦਿਆ ਕਰੋ ਕਹਿਣ ਲੱਗੇ। ਪੂਰਨ ਮਾਸ ਦਰਸ ਸੰਕ੍ਰਾਂਤ, ਹੁਣ ਉਹ ਕਿਹੜੇ ਕਿਹੜੇ ਦਿਨ ਨੇ, ਪੁੰਨਿਆਂ ਦਾ ਦਿਨ ਹੈ, ਮੱਸਿਆ ਦਾ ਦਿਨ ਹੈ, ਸੰਗਰਾਂਦ ਦਾ ਦਿਨ ਹੈ। ਇਤਿਆਦਕ ਜੇ ਨਾਨਾ ਭਾਂਤ, ਸਤਿਗੁਰਾਂ ਦੇ ਗੁਰਪੁਰਬ ਨੇ ਮਹਾਰਾਜ ਕਹਿਣ ਲੱਗੇ। ਹੁਣ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਆ ਰਿਹਾ, ਅਸਥਾਨ 'ਤੇ ਵੀ ਸੇਵਾ ਹੋਣੀ ਹੈ, ਸੰਗਤਾਂ ਨੇ ਲੰਗਰ ਲਾਉਣਾ। ਮਹਾਰਾਜ ਕਹਿਣ ਲੱਗੇ ਲੰਗਰ ਪ੍ਰਤੀ ਕੁਝ ਨਾ ਕੁਝ ਕਰਦੇ ਹੀ ਰਿਹਾ ਕਰੋ, ਕਰਦੇ ਹੀ ਰਿਹਾ ਕਰੋ, ਯਤਨ ਕਰਦੇ ਹੀ ਰਿਹਾ ਕਰੋ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਈਏ। ਹਾਂਜੀ। ਗੁਰ ਸਿੱਖਣ ਕੋ ਕਰੈ ਆਹਾਰੇ, ਇਸ ਤਰੀਕੇ ਨਾਲ ਪਿਆਰਿਓ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਕਰੋ ਕਹਿਣ ਲੱਗੇ। ਪਠ ਹੈ ਚੁਰੋ ਜਬ ਪਾਨ ਪਖਾਰੇ, ਤੇ ਫਿਰ ਜਦੋਂ ਹੱਥ ਧੋਣ ਚੁਲਾ ਕਰਨ। ਹਾਂਜੀ। ਤਬ ਸਤਿਗੁਰ ਕੋ ਧਾਰੈ ਧਿਆਨ, ਬਿਨੈ ਬਖਾਨੈ ਬਨ ਬਿਨ ਮਾਨ, ਮਹਾਰਾਜ ਕਹਿਣ ਲੱਗੇ ਫਿਰ ਮਾਣ ਛੱਡ ਕੇ ਨਾ, ਵੀ ਮੈਂ ਬਹੁਤ ਵੱਡਾ ਹੈਗਾ, ਮਾਣ ਛੱਡ ਕੇ ਉਹਨਾਂ ਸਿੱਖਾਂ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਿਆ ਕਰੋ। ਹਾਂਜੀ। ਕਰ ਜੋਰੈ ਉਰ ਮੈਂ ਇਮ ਕਹੈ, ਇਹ ਪ੍ਰਸਾਦ ਪ੍ਰਭ ਤੇਰੋ ਆਹੈ, ਮਾਣ ਨਹੀਂ ਕਰਨਾ। ਮਹਾਰਾਜ ਕਹਿਣ ਲੱਗੇ ਵੀ ਮੈਂ ਲੰਗਰ ਲਾਇਆ, ਮੈਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ। ਵੇਖੋ ਮਹਾਰਾਜ ਗੱਲ ਕੋਈ ਰਹਿਣ ਨਹੀਂ ਦਿੰਦੇ, ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਮਹਾਰਾਜ ਸ਼ੰਕਾ ਨਹੀਂ ਰਹਿਣ ਦਿੰਦੇ, ਗੱਲ ਨਹੀਂ ਰਹਿਣ ਦਿੰਦੇ। ਮਹਾਰਾਜ ਕਹਿਣ ਲੱਗੇ ਜਦੋਂ ਪ੍ਰਸ਼ਾਦਾ ਛਕਾਉਣਾ, ਸਿੱਖ ਹੱਥ ਧੋ ਲੈਣ, ਚੁਲਾ ਕਰ ਲੈਣ, ਤਾਂ ਵੀ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਹੀ ਕਰਨੀਆਂ। ਮਨ ਵਿੱਚ ਇਹ ਨਹੀਂ ਸੋਚਣਾ ਮੈਂ ਛਕਾਇਆ,
मन विच ये सोचना हे वाहिगुरु तेरा दिता शिकार आ तू मैनू बख्शिया तो मैं शिकार हाँ। गुरु अर्जन देव जी बाणी च कहिंदे सिखा तू दान पुन कर रहा ये भी वाहिगुरु जी की मेहर नाल कर रहा है। ओ मेहर ना करे तू 10 रुपए गोलक च नहीं पा सकता, उन्हें दिते है तो तू पा रहा है ना, जे वह देंदा ना तो तू पाउंदा किवें। जेह प्रसाद करहे पुन बहो दान दान, जिस रब की कृपा नाल तू पुन कर रहा है तू दान कर रहा है। मन आठ पहर कर तिसका ध्यान, महाराज कहिंदे अठे पहर ही उस वाहिगुरु का ध्यान करया कर, उहनू याद करया कर। प्रशादा छका के मन विच ये सोचना हे वाहिगुरु सब तेरा ही है। हाँ जी, सब सिखन को बंदन करे, सब सिखां नू नमस्कार करनी महाराज कहण लगे। हाँ जी, अच्यो गुरन इम श्रद्धा धरे, मन विच ये नहीं सोचना सिखां ने छकिया, मन विच ये समझना है ये आप धन गुरु नानक देव महाराज जी ने छकिया है। मन विच सोचना गुरु अमरदास जी ने प्रशादा छकिया, मन विच सोचना ये प्रशादा अज साडे घर गुरु रामदास जी ने आके छकिया। मन दे भाव ही होर हो जाने साध संगत जी। हाँ जी, परब सर्ब जे मास मझार, हजूर गरीब नवाज जगो कृपा कर दे, परब सम सर्ब जे मास मझार, पुरब समय जा महीने बेच एक बार। हाँ जी, नह बन अवहै दीन आहार, किसे दी नहीं समर्था कोई महीने देन वार वाले दिन भी नहीं छका सकता प्रशादा। हाँ जी, दरस किधाओ संक्रांत सो दिन में, महाराज कहन लगे मस्या ते संक्रांत वाले दिन ते जरूर ही करे जी, गज के आखो वाहिगुरु। हुण कई कह देंदे जी संक्रांता ना जोड़ देंदे मस्या ना जोड़ देंदे, नहीं उस समय यह दिनों की पछाण सीगी साध संगत जी। कोई वट्सएप कोई फेसबुक थोड़ी भी झट मैसेज सेंड हो जाना जी, पता सी भी संगरांद है गुरु घर कट्ठे होना है जी, कोई इश्तिहार नहीं सी छपते होंगे जी। तृप्तावै है गुरसिख सदन में, गुरसिखा नू घर विच बुला के प्रशादा छकाया करो महाराज कहण लगे। हाँ, बाहर वस्त्र अच्छे बनवावे, जे माया होर होवे माया होर होवे किसे ना किसे नू वस्त्र भी बनवा दिया करो महाराज कहण लगे। कपड़े दे दिते कपड़े बनवा दिते जी। हाँ, संत के सिख कष्ट को पावे, गज के आखो वाहिगुरु। वेखो किसे संत किसे सिख नू लोड़ है उन्हों बस्तर दे दियो महाराज कहण लगे। हाँ, शीत काल मह कर पहराए, ठंड दे मौसम विच जरूर ध्यान रखिया करो कहण लगे। हाँ, लेफ निहाली तूल डलाए, हो सके ना गुरु अर्जन देव जी कहण लगे रूं पा के ना वधिया रजाई तलाई भी किसे नू दे दिया करो कहण लगे, किसे दी ठंड दूर हो जाएगी। मेरे ख्याल नाल मरिया ते रजाइयां तलाइयां ते चढ़ाउण वाले बड़े हैगे है, खुशी दे नाल कोई विरला ही देंदा है जी भी इहनू रजाई दी लोड़ होएगी, गुरसिख है इहनू तलाई दी लोड़ होएगी। किन्नी डूंगी सोच गुरु अर्जन देव महाराज जी दी, किन्ना बरीकी विच जा रहे है। हाँ जी, कै कंबल के हेर नगन को, महाराज कहन लगे जी वो नहीं रजाई नहीं तुही दे सकदे, किसे नगन नू वेख के कंबल ही दे दिया करो महाराज कहन लगे। शादन करे गरीबन तन को, गरीब बंदा अपने तन नू ढक लेगा ओरे नाल तुहाडे पुन वधणगे महाराज कहन लगे, पुन वधणगे। करन दान इस बिद के दोए, इस प्रकार दो तरीके दा दान है, एक अन्न दा एक वस्त्रां दा, गज के आखो वाहे गुरु।
अन्न दा ते वस्त्रां दा दो तरीकियां दा दान है। सर्ब करै एह अत इत होए। महाराज कहन लगे सर्ब करै एह अत हित होए, सारे करया करो इस करन विच तुहाडा भला होएगा। कपड़े देते, भोजन दे दिता, इस काम विच भला ही भला होएगा तुहाडा। बच्चियां नू आदत पाया करो, आदत पाया करो, उन्हां अंदर दया दान वाला सुभाव बनाओ। अज बच्चियां अंदर दया दान वाला सुभाव बनाओगे, बजुर्गी विच तुहाडे उत्ते दया दान करनगे। जे नहीं, उन्हां कहना बापू तेनू भी नहीं लोड़ हैगी फिर। हाँ, जथा शक्त ए सब के जोग। सारियां दे वास्ते है, महाराज कहन लगे जिन्नी पहुंच है हर कोई करे, कहन लगे। हाँ, गृहस्थ धर्म धारियो जिस लोग। हाँ, जेड़े लोग गृहस्थी ने, महाराज कहन लगे घर परिवार वाले है, बाल बच्चे वाले है, कपड़े दान करते रहा करो, भोजन प्रसादे लंगर दा दान करते रहा करो। बचन कहो श्री नानक तीर। महाराज कहन लगे गृहस्थियां वास्ते श्री गुरु नानक देव महाराज धीरज धारी सच्चे पातशाह उन्होंने बचन किया है। हाँ जी, पुन दान का करै शरीर। हाँ जी, सो गृही गंगा का नीर। गज के आखो, पुन दान का करे शरीर सो गिरही गंगा का नीर। जेड़ा कोई अपने शरीर नाल पुन दान करता है, दान पुन करता है, ओ गिरही गृहस्थी, ओ पुरुष स्त्री समझो गंगा जल दी तरह पवित्र ने। कहन लगे पवित्र ने, बड़े बड़े अड़े काम सुधर जाते सात संगत जी ये ना, पर देना लोड़वंद नू है। रजे नू रजाओगे कोई लाभ नहीं होएगा, रजे नू रजाओगे कोई लाभ नहीं। मैं गुरु अर्जन साहब जी का यह बचन बिल्कुल सच्चा जे। निकी जी एक साखी याद आई, वो ध्यान ना सुनियो। राजे नू रोग लगा जी, राजे नू रोग लगा जी। राजा बड़ा चिंतित होया भी हुण मैं ठीक किवें होवां। वैदा हकीमां ने इलाज किया, गल नहीं बनी। एक साधु ने उन्हूं कहा दान पुन कर, दान पुन तेरा रोग ठीक होएगा। गज के आखो वाहेगुरु, गज के वाहेगुरु। दान पुन कर, कहिंदा ठीक है। हुण राजा सीगा, उन्हें कहा भी ब्राह्मणा नू सद्दो। ब्राह्मण आ गए, ब्राह्मणा नू उन्हें एक एक हाथी दान दिता, नाल माया दिती। उस उन्हां दे मन च पता की आया ब्राह्मणा दे, भी हाथी दान दे दिता है, भी सवारी करया करांगे, माया दे दिती है, ते जे कुछ होर भी दे दिंदा ते फिर की सीगा। होर उन्हें बंदे सदे जी, क्षत्रिय, उन्हां नू पंज पंज घोड़े देते, नाल माया दिती। वो सोचते भी ब्राह्मणा नू हाथी देते ते सानू घोड़े देते, किन्ना वितकरा किया इन्हें। दों चों नू होर इस तरह का उन्हें दान किया। जिन्हां नू दान दिता ना, वह रजे हुए सन पहला, उन्हां दे मनों आशीर्वाद नहीं निकलिया जी। राजा सवारी ते लंघ रहा सीगा, छोटा जिहा बच्चा रोन दिया सीगा। जांदे जांदे राजा विचार मंच कर रहा सी, साधु ने कहा सी दान पुन कर तू ठीक हो जाएगा। मैं तो ठीक नहीं होया। जा रहा बच्चा रो रहा, मां नू कहिंदा मां एक रुपया दे लड्डू लेना है।
ਮਾਂ ਗਰੀਬ ਸੀ, ਕਹਿੰਦੀ ਮੈਂ ਤੈਨੂੰ ਕਿੱਥੋਂ ਦੇਵਾਂ। ਰਾਜੇ ਨੂੰ ਦਇਆ ਆ ਗਈ, ਤਰਸ ਆ ਗਈ, ਆ ਗਿਆ, ਕਹਿਣ ਲੱਗਾ ਜਿੱਥੇ ਇੰਨਿਆਂ ਨੂੰ ਦਾਨ ਦਿੱਤਾ ਉੱਥੇ ਇੱਕ ਥਾਲ ਲੱਡੂਆਂ ਦਾ ਇਹਨਾਂ ਨੂੰ ਵੀ ਲੈ ਦਿੰਦਾ। ਉਹਨੇ ਥਾਲ ਭਰਿਆ ਲੱਡੂਆਂ ਦਾ, ਬੱਚੇ ਨੂੰ ਦਿੱਤਾ, ਬੱਚੇ ਨੇ ਹੋਰ ਬੱਚੇ ਸੱਦੇ, ਸਾਰਿਆਂ ਆਨੰਦ ਨਾਲ ਜਦੋਂ ਲੱਡੂ ਖਾਣ ਲੱਗੇ ਨਾ, ਬੜੇ ਖੁਸ਼ ਹੋਏ। ਗਰੀਬ ਬੰਦੇ ਸੀ, ਲੱਡੂ ਪਹਿਲੀ ਵਾਰੀ ਮਿਲੇ ਸੀ ਉਹਨਾਂ ਨੂੰ, ਉਹ ਬੜੇ ਖੁਸ਼ ਹੋਏ, ਖੁਸ਼ ਹੋ ਕੇ ਨੱਚਣ। ਜਦੋਂ ਉਹ ਬੱਚੇ ਖੁਸ਼ ਹੋ ਗਏ ਨਾ, ਰਾਜਾ ਅਰੋਗ ਹੋ ਗਿਆ ਜੀ, ਉਹਦਾ ਰੋਗ ਦੂਰ ਹੋ ਗਿਆ ਜੀ। ਸਮਝਣ ਮਾਤਰ ਕਹਾਣੀ ਹੈ। ਮਹਾਰਾਜ ਕਹਿੰਦੇ ਦਾਨ ਦਿਓ, ਵਸਤਰ ਦਾਨ ਦਿਓ, ਭੋਜਨ ਪ੍ਰਸ਼ਾਦਾ ਛਕਾਓ, ਪਰ ਜਿੱਥੇ ਲੋੜ ਹੈਗੀ ਹੈ, ਜਿੱਥੇ ਲੋੜ ਹੈਗੀ, ਮਹਾਰਾਜ ਕਹਿੰਦੇ ਬੇਲੋੜਾ ਛਕਾ ਦਿਓ, ਉਹਨਾਂ ਧੰਨਵਾਦ ਕੀ ਕਰਨਾ, ਉਹ ਹੋਰ ਰੋਗੀ ਹੋ ਜਾਂਦੇ, ਬੋਝ ਪੈ ਜਾਂਦਾ ਜੀ ਉਹਨਾਂ 'ਤੇ। ਸੋ ਗਿਰਹੀ ਗੰਗਾ ਕਾ ਨੀਰ, ਜਿਹੜਾ ਗ੍ਰਸਤੀ ਬੰਦਾ ਦਾਨ ਪੁੰਨ ਕਰਦਾ ਰਵੇ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਉਹ ਗ੍ਰਸਤੀ ਪੁਰਸ਼ ਜਿਹੜਾ ਗੰਗਾ ਦੇ ਜਲ ਵਰਗਾ ਪਵਿੱਤਰ ਹੈ, ਕਹਿਣ ਲੱਗੇ। ਹਾਂਜੀ, ਧਰਮ ਗ੍ਰਹਿਸਤ ਕੋ ਦਾਨ ਗਹੀਰ, ਗ੍ਰਸਤੀ ਧਰਮ ਵਿੱਚ ਦਾਨ ਕਰਨਾ ਬੜਾ ਵੱਡਾ ਕਾਰਜ ਹੈ, ਮਹਾਰਾਜ ਕਹਿਣ ਲੱਗੇ ਦਾਨ ਪੁੰਨ ਕਰਦੇ ਰਹਿਣਾ ਚਾਹੀਦਾ ਹੈ ਜੀ। ਹਾਂਜੀ, ਜਿਉਂ ਕਿਉਂ ਕਰ ਦਿਨ ਰਹਿਣ ਮਝਾਰਾ, ਹਾਂਜੀ, ਵਸਤਰ ਨਗਨ ਕੋ ਸ਼ੁੱਧਤ ਆਹਾਰਾ, ਜਿਵੇਂ ਕਿਵੇਂ ਦਿਨ ਰਾਤ ਕਮਾਈ ਕਰਕੇ ਕਿਸੇ ਨਗਨ ਨੂੰ ਵਸਤਰ ਦੇਵੇ, ਭੁੱਖੇ ਨੂੰ ਭੋਜਨ ਛਕਾਵੇ, ਪੁੰਨ ਅਪਰਭਉ ਵਿਦ ਕੇ ਆਹ, ਹੋਰ ਵੀ ਬੜੇ ਪੁੰਨ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਦੁਰਗਾ, ਹੋਰ ਵੀ ਬੜੇ ਪੁੰਨ ਨੇ। ਹਾਂਜੀ, ਤਾਉ ਨਾ ਸਮਤਾ ਇਸ ਕੀ ਲਹੈ, ਪਰ ਚੇਤਾ ਰੱਖੀ ਭਾਈ ਦੁਰਗੇ, ਭਾਈ ਪੈੜੇ, ਪ੍ਰਸ਼ਾਦਾ ਛਕਾਉਣਾ ਤੇ ਵਸਤਰ ਦੇਣ ਤੋਂ ਉੱਤੇ ਹੋਰ ਕੋਈ ਪੁੰਨ ਨਹੀਂ ਉਹ ਹੈਗਾ, ਕਹਿਣ ਲੱਗੇ। ਹਾਂਜੀ, ਦਾਨ ਸ਼ਾਂਤ ਕੀ ਇਹ ਸੁਖਦਾਈ, ਇਹ ਸ਼ਾਂਤ ਕੀ ਦਾਨ ਹੈ, ਸੁਖਦਾਈ ਹੈ, ਸੁਖ ਮਿਲਦਾ ਇਹਦੇ ਨਾਲ। ਭਗਤ ਉਪਾਵੈ ਕਸ਼ਟ ਮਿਟਾਈ, ਇੱਥੋਂ ਤੱਕ ਮਹਾਰਾਜ ਕਹਿਣ ਲੱਗੇ ਬੰਦੇ ਦਾ ਭਗਤੀ ਕਰਨ ਨੂੰ ਵੀ ਫਿਰ ਮਨ ਕਰਦਾ, ਕਹਿਣ ਲੱਗੇ ਕਸ਼ਟ ਦੂਰ ਹੁੰਦੇ ਆ ਜ਼ਿੰਦਗੀ ਦੇ। ਇਮ ਸਤਿਗੁਰ ਉਚਰਿਓ ਉਪਦੇਸ਼, ਇਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਜੀ ਦੋਵਾਂ ਨੂੰ, ਕਿਹਨੂੰ ਕਿਹਨੂੰ ਭਲਾ, ਭਾਈ ਦੁਰਗਾ ਜੀ ਤੇ ਭਾਈ ਪੈੜਾ ਜੀ। ਪੈੜੇ ਦੁਰਗੇ ਸੁਨਿਓ ਅਸ਼ੇਸ਼, ਦੋਵਾਂ ਗੁਰਸਿੱਖਾਂ ਨੇ ਬੜੇ ਧਿਆਨ ਨਾਲ ਮਨ ਲਾ ਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਰਵਣ ਕੀਤਾ, ਮਹਾਰਾਜ ਜੀ ਦੇ ਬਚਨ ਸੁਣੇ, ਮਨ ਹੀ ਮਨ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮਿਹਰ ਕਰੋ, ਅਸੀਂ ਫਿਰ ਦਾਨ ਪੁੰਨ ਕਰਿਆ ਕਰੀਏ। ਮਹਾਰਾਜ ਨੇ ਗੱਲ ਕਿੱਥੋਂ ਸ਼ੁਰੂ ਕੀਤੀ, ਵੀ ਵਾਹਿਗੁਰੂ ਦਾ ਦਿੱਤਾ ਤੁਹਾਡੇ ਕੋਲ ਬਹੁਤ ਕੁਝ ਹੈਗਾ, ਮਹਾਰਾਜ ਕਹਿਣ ਲੱਗੇ। ਬੰਧਨ ਕੀਨ ਸਦਨ ਕੋ ਗਏ, ਬੰਧਨ ਕੀਨ ਸਦਨ ਕੋ ਗਏ, ਮੱਥਾ ਟੇਕਿਆ, ਮੱਥਾ ਟੇਕ ਕੇ ਆਪਣੇ ਘਰਾਂ ਨੂੰ ਚਲੇ ਗਏ ਜੀ। ਗੁਰ ਕੋ ਕਹਿਓ ਕਮਾਵਤ ਭਏ, ਲਓ ਜੀ ਫਿਰ ਜੋ ਮਹਾਰਾਜ ਨੇ ਕਿਹਾ ਉਹ ਇਹਨਾਂ ਆਪਣੀ ਜ਼ਿੰਦਗੀ 'ਚ ਕਮਾ ਲਿਆ ਜੀ। ਬੜੇ ਬੜੇ ਦਾਨੀ ਸਿੱਖ ਬੈਠੇ ਨੇ ਜੀ, ਸੰਗਤ ਟੀ ਵੀ ਟਰੱਸਟ, ਆ ਜਿਹੜਾ ਲੜੀਵਾਰ ਕਥਾ ਆਪ ਜੀ ਸੁਣਦੇ ਹੋ, ਵਿਦੇਸ਼ਾਂ ਦੀਆਂ ਸੰਗਤਾਂ ਸੁਣਦੀਆਂ ਨੇ। ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸੀਗੇ, 70 ਤੋਂ ਵੱਧ ਕਿਸਾਨ ਜਿਹੜੇ ਦਿੱਲੀ ਮੋਰਚੇ 'ਚ ਮਰ ਗਏ ਨੇ ਜੀ, ਮੋਰਚੇ ਦੌਰਾਨ ਜਾਨ ਗਵਾ ਬੈਠੇ ਜੀ ਆਪਣੀ ਜੀ। ਹਾਂਜੀ, ਗਰੀਬ ਪਰਿਵਾਰ ਜੀ, ਉਹਨਾਂ ਨੂੰ ਮਾਇਆ ਵੰਡ ਕੇ ਆਏ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਬੜਾ ਵਧੀਆ ਕੰਮ ਹੈਗਾ, ਬੜਾ ਸ਼ਲਾਘਾਯੋਗ ਕੰਮ ਹੈਗਾ, ਮਹਾਰਾਜ ਕਹਿਣ ਲੱਗੇ। ਦੋਵੇਂ ਗੁਰਸਿੱਖਾਂ ਨੇ ਫਿਰ ਉਹ ਬਚਨ ਕਮਾਇਆ ਜੀ। ਹਾਂਜੀ, ਬਾਹੋ ਸਿੱਖ ਆਵੇ ਦੇਹੇ ਆਹਾਰਾ, ਲੋਕ ਅਮੀਰ ਸੀਗੇ ਜੀ, ਬੜੇ ਲੋਕਾਂ ਨੇ ਆ ਜਾਣਾ ਉਹਨਾਂ ਦੇ ਘਰ ਵਿੱਚ, ਇਹਨਾਂ ਆਪਣੇ ਘਰ 'ਚ ਪੱਕਾ ਹੀ ਲੰਗਰ ਲਾ ਦਿੱਤਾ ਜੀ। ਵਾਹਿਗੁਰੂ ਮਿਹਰ ਕਰੇ ਸੰਗਤ ਜੀ, ਹੁਣ ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਗਿਆ। ਸਿਆਣੇ ਤੁਸੀਂ ਬੈਠੇ ਹੋ, ਤੁਹਾਨੂੰ ਪਤਾ
पहले समय च घर के दरवाजे खुले ही रेंदे सी, रात नूं ही बंद होंदे सीगे जी। हाँ जी, इंजी हुंदा सी ना, घर का दरवाजा खुला ही रखना जी, रात नूं बंद करना। तो हुण की है, सारी दिहाड़ी दरवाजा बंद जी, सारी दिहाड़ी दरवाजा बंद। दरवाजे खुले रेंदे सी, कदी कोई आउंदा सी, कदी कोई आउंदा सी, घरां दे दरवाजे दे विच बह के कोई कुछ ना कुछ छकदा ही रहिंदा सीगा जी। मंगण वाला आ जाणा, कदी कितों आ जाणा। हुण ऐ कुंडियां लगियां हुंदियां, दरवाजे बंद हुंदे, भी जिवें अंदर है ही कोई नहीं। आखो वाहिगुरू। पिंडां च जिन्हां दे घर खुले उहनां नूं पता है जी, दिने नहीं ही दरवाजा कोई बंद करदा जी। हुण ऐ बंद जी, संकीर्णता आ गई ना। पैड़े ते दुर्गे दे घर बड़े लोकां ने आउणा, फिर इन्हां ने लंगर ला दित्ता जी अपने घर च। हाँ जी, सादर कहें भाओ बड़ धारा, बड़े निम्रता ते प्रेम नाल कहिंदे हुंदे सी भी प्रशादा छक लो। हाँ जी, केतक दयोस बितेम करती, परब दिवस गुर जाए निहरती। कई दिन फिर इस तरह बतीत किते, त्योहार वाले दिन महाराज गरीब नवाज जी दे दर्शन भी करते जाके। हाँ जी, खर्च बड़ो घर आमद थोरी, यांते कड़ेओ करज धन औरी। पर कमाल दी गल, खर्चा ज्यादा होण लग पिया, आमदन थोड़ी सीगी जी। पर लंगर छकाउणा नहीं बंद कीता, सिर ते करजा चढ़ गया जी। हाँ जी, एक दिन बहु संगत चल आई, एक दिन इन्हां दे घर च बड़ी संगत चल के आई जी। नह कुछ घर मैं दे जो खवाई। कमाल दी गल, घर विच कुछ है ही नहीं सी जे ये कुछ खवाउण जी, कुछ खवाउण नूं नहीं सी हैगा घर च। दयो ना करज बनन ने जबे, बाणिए करजा देंदे हुंदे सीगे, बाणिए ने करजा भी ना दिता। हाँ जी, कुशक बिभुखन त्रिये के तबे, फिर इन्हां की कीता, अपनियां इस्त्रियां दे गहने लए जी। हाँ जी, बेच ताहे को असन बनावा, उन्हां गहनियां नूं बेच के लंगर तैयार कीता। सब संगत को घर अचवावा, सारी संगत नूं लंगर छकाया जी, गहनियां नूं वेच के जी। हाँ जी, अगले दिवस हेत न रहे हो, पर अगले दिन जोगा फिर ना रहा, संगत बहुत सीगी जी। नह उर डोले धीरज लहयो, ते फिर भी नी डोले धीरज रखिया इन्हां ने। वहर भूमिका जब ही गयो, जद बाहर गए ना वेखण भी हुण की करिए, कोई करजा नहीं सी दे रहा, तुरदे तुरदे खेतां नूं तुर पए जी। हाँ जी, कर सो थान खन्यो लख लयो, बैठे बैठे मिट्टी पुट्टण लग पए वेले। हाँ जी, एक बासन दी नारन भरियो, फिर महाराज ते कृपा करदे ही है ना, गुरु अर्जन साहब ने मेहर कीती, थलों घड़ा सोने दियां मोहरां दा लभ गया जी। सब करदे उतर गए जी फिर। हाँ जी, तह निकास घर लियावन करियो, बस उत्थों कढ़िया ते संगत जी अपने घर लियांदा जी फिर इन्हां ने। ਕਰਜ ਉਤਾਰ ਬਿਭੁਖਨ ਸਾਰੇ, ਸਾਰਾ ਕਰਜ਼ਾ ਗੁਰੂ ਜੀ ਦੀ ਮਿਹਰ ਨਾਲ ਉਤਰ ਗਿਆ। ਕਰਵਾਏ ਸ਼ੁਭ ਕਰਤ ਆਹਾਰੇ, ਉਹ ਕਢਵਾਏ ਸ਼ੁਭ ਗਹਿਣੇ ਦੁਬਾਰਾ ਕਢਵਾ ਕੇ ਦਿੱਤੇ ਘਰ ਵਾਲੀਆਂ ਨੂੰ, ਸੰਗਤਾਂ ਨੂੰ ਖੂਬ ਪ੍ਰਸ਼ਾਦਾ ਛਕਾਇਆ। ਦਇਓ ਦਰਬ ਪ੍ਰਭ ਨੇ ਇਮ ਜਾਨਾ, ਕੀ ਸੋਚਿਆ, ਇਹ ਦਰਬ ਇਹ ਧਨ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ, परमेश्वर ने दिता है। वस्त्र आहार दीन गन दाना, वस्त्र भोजन खूब लोकां नूं फिर इन्हां ने दान कीता। गुरबाणी पाठ भगत करन ते, इस तरीके नाल इन्हां दी गरीबी दूर हो गई जी। मैं अपनियां अखां नाल वेखी हुई सच्ची घटना तुहानूं दसदा। छीना पिंड है, ਭਾਈ ਜਗਬੀਰ ਸਿੰਘ ਜੀ ਛੀਨਿਆਂ ਵਾਲੇ ਜੀ, ਗੁਰੂ ਹਰਿ ਰਾਏ ਸਾਹਿਬ ਜੀ ਦਾ ਆਗਮਨ ਗੁਰਪੁਰਬ ਆਪਣੇ ਘਰ ਮਨਾਉਂਦੇ ਹੁੰਦੇ ਆ। ਜਦੋਂ ਸ਼ੁਰੂ ਕੀਤਾ, ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹੁੰਦੇ ਸੀਗੇ ਜੀ, ਦੁੱਧ ਵੇਚ ਕੇ ਜੀ। ਹਾਂਜੀ, ਅਤੇ ਗੁਰਪੁਰਬ ਮਨਾਉਣ ਦਾ ਚਾਓ, ਖੁੱਲ੍ਹੀ ਸੰਗਤ ਸਦਨੀ,
करजा लैके गुरु जी का गुरपुरब मना अपने घर विच दी गज के आखो वाहे गुरु है कोई साडे विच ऐसा जी करजा लैके गुरपुरब मना जी घर विच स्टेज पक्की बनाई जी उदों करजा लैके गुरपुरब मना ते सारा साल दुध बेच बेच के करजा लाउंदे रहना जी ते गुरु साहब ने मेहर की दोवें पुत विदेश विच चले गए पिंड च सब तो वधिया कोठी ओ थां पक्की गुरमुखां नूं रजिस्टरी कराई स्टेज पक्की बनी है हर साल गुरपुरब मनाउंदे चढ़दी कला विच दी कोई कमी नहीं रही जी मेरे नाल जाके वेख के आ सकते जी ओ थां तुसीं दी महाराज गुरु अर्जन साहब ने उन्हां दीआं कमियां दूर कर दित्तियां जी हाँ जी सुन सतगुर ने धन बिरतांत गुरबाणी दा पाठ करदे आ सवेरे शाम बाणी पढ़दे आ आए गुरु अर्जन देव जी को सतगुरु जी नूं सारी गल दसी जदों महाराज ने सब कुछ सुनिया वचन करियो जो बंडित खान महाराज गरीब नवाज ने फिर वचन कीता ओ ध्यान ना सुनियो महाराज कहिंदे भाई जेड़ा पुरश वंड के छकदा है वाहे गुरु तिस थुड़न ना दे परमेश्वर ओनू फिर थुड़न नहीं देंदा ओनू कमी नहीं आउन देंदा सर्ब पदार्थ होत नकेत ओदे घर विच सारे पदार्थ आपे ही आ जांदे हां जी सत नाम सिमरत गत पाई अंत समय गुर भए सहाई ऐसा पुरश वाहेगुरु दा नाम जपे अंतम समय मर कहिंदे अहीं उहदी राखी करदे आं सो संगत जी गरीब सन गरीबी आई पहला अमीर सन फिर गरीबी आई पर बचन नहीं महाराज दा छड्डिया बचन कमाउंदे रहे बचना दी कृपा नाल मुड़ अमीर हो गए जी ओ जी जेड़ा दान पुन करे गुरसिखां दी सेवा करे वंड के छके प्यारे ओनू कदी थुड़ नहीं आउंदी आपां अरदास विच कहिंदे जिन्ना नाम जपिया वंड के छकिया हाँ घर बह के खाण वालिआं नूं तां नहीं नाम अरदास च लिया जांदा वंड के छकण वालिआं नूं चेता कीता जांदा जी महाराज जी मेहर करन भुला चुका की खिमा बख्शिश करनी सो आओ हूँ दो कु मिनट गुरमंत्र का जाप कर लिए फिर खिमा मंगागा कोई रसना बांझी ना रहे सारी संगत आखो जी वाहेगुरु 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 ਗਰੀਬ ਨਿਵਾਜ ਮੇਰਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।